हाँ जी नमस्कार, सत श्री अकाल, जय हिंद साथियों, वाहिगुरु जी का खालसा, वाहिगुरु जी की फतेह। आ तुसी भैन नूं देख रहे, उम्र लगभग 22 तों 24 साल के करीब लगभग नज़र आ रही है। और ते अज तरीक हैगी है 3 तरीक 12वां महीना 2022। तो समा इस वेले हैगा किन्ने बज गई समा दस दिंदे आ, ते 30 तरीक नूं 30:11 2 बज गए। आह 30 तरीक नूं रात नूं लेट नाइट 22 तों 24 नंबर फाटक दे विचाले रेलवे लाइन ते पई सानूं मिली है। तो डॉक्टरां दी साडे कोल कॉल आई है क्योंकि इस भैन दी जिहड़ी हैड इंजरी हुई है, तो इहनूं क्योंकि रजिंद्रा होस्पिटल दे विच न्यूरोसर्जन ना होण कारण इहनूं रैफर किया जा रहा है PGI, क्योंकि यह अननोन है, इहदा घर परिवार कुछ भी अजे पता नहीं चलिया, इहदे कोल कोई प्रूफ नहीं मिलिया हैगा। तो सोशल वर्क फॉर हैल्पलैस पीपल ग्रुप दे हेल्पलाइन नंबर ते कॉल आई है, ते साडे वॉलंटियर साथी जिहड़े आ सोहन जी ते विक्रम जी साडे नाल ने मदद कर रहे, ते नौजवान साथी जिहड़े इत्थे रजिंद्रा दे विच होर साडे नाल मिले ने इन्हां दी मदद कर रहे। ते इस वीडियो नूं जरा प्लीज़ वध तों वध शेयर करो। शेयर इसलिए नहीं करना भी असी कोई लाइक या कोई कमेंट या असी कोई वाह वाही लुट्टनी है, तुहाडे एक छोटे जे शेयर नाल एक बटन दबण दे नाल देखो इंसानियत दे नाते जिहड़ा असी अपना फर्ज निभा लिया। आ भैण दी शक्ल एक वारी फिर देख लो, 22 तों 24 साल दे करीब इहदी उमर है। ਅਤੇ ਇਹਦੇ ਜਿਹੜੇ ਕੱਪੜੇ ਸੀਗੇ, ਇਹਨੇ ਜੀਨਸ ਪਾਈ ਹੋਈ ਸੀਗੀ, ਲਾਲ ਰੰਗ ਦੀ ਇਹਨੇ ਜੈਕਟ ਪਾਈ ਹੋਈ ਸੀ, ਨੀਲੇ ਰੰਗ ਦੀ ਟੀ ਸ਼ਰਟ ਅਤੇ ਉੱਪਰ ਯੈਲੋ ਕਲਰ ਦੀ ਜਿਹੜੀ ਟੋਪੀ ਪਾਈ ਹੋਈ ਸੀ। ਅਤੇ ਇਹ ਬਿਲਕੁਲ ਅਚਨਚੇਤ ਹਾਲਾਤਾਂ ਦੇ ਵਿੱਚ ਹੈ, ਅਤੇ ਤੁਹਾਡਾ ਇੱਕ ਸ਼ੇਅਰ ਜਿਹੜਾ ਹੈ ਇਸ ਭੈਣ ਨੂੰ, ਇਸ ਬੱਚੀ ਨੂੰ ਜਿਹੜਾ ਇਹਦੇ ਪਰਿਵਾਰ ਤੱਕ ਪਹੁੰਚਾ ਸਕਦਾ। ਅਤੇ ਅਸੀਂ ਆਪਣਾ ਇਨਸਾਨੀਅਤ ਦੇ ਨਾਤੇ ਜੋ ਸਾਡਾ ਫਰਜ਼ ਬਣਦਾ ਸੀਗਾ ਵੀ ਇਹਨੂੰ ਬੈਟਰ ਟ੍ਰੀਟਮੈਂਟ ਵਾਸਤੇ ਜਿਹੜਾ PGI ਲੈ ਕੇ ਜਾ ਰਹੇ ਹਾਂ, ਅਤੇ ਹੁਣ ਤੁਹਾਡਾ ਫਰਜ਼ ਆ ਵੀ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਤੁਸੀਂ ਇਹਦੇ ਪਰਿਵਾਰ ਨੂੰ ਕਿੰਨੀ ਛੇਤੀ ਲੱਭਦੇ ਹੋ। ਅਤੇ 108 ਐਂਬੂਲੈਂਸ ਅਸੀਂ ਮੰਗਵਾ ਲਈ ਹੈ, ਅਤੇ ਹੁਣ ਅਸੀਂ ਇਹਨੂੰ ਮੈਂ ਅਤੇ ਮੇਰੇ ਸਾਥੀ ਸੋਹਨ ਜੀ ਨੇ ਅਸੀਂ ਇਹਨਾਂ ਨੂੰ ਲੈ ਕੇ ਹੁਣ PGI ਟਰੋਮਾ ਸੈਂਟਰ 'ਚ ਲੈ ਕੇ ਜਾ ਰਿਹਾ। ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ, ਤਾਂ ਕਿ ਬੱਚੀ ਦਾ ਪਰਿਵਾਰ ਮਿਲੇ। ਬਹੁਤ ਬਹੁਤ ਧੰਨਵਾਦ। ਹਾਂਜੀ ਨਮਸਕਾਰ, ਸਤਿ ਸ਼੍ਰੀ ਅਕਾਲ, ਜੈ ਹਿੰਦ ਸਾਥੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਤੁਸੀਂ ਭੈਣ ਨੂੰ ਦੇਖ ਰਹੇ, ਉਮਰ ਲਗਭਗ 22 ਤੋਂ 24 ਸਾਲ ਦੇ ਕਰੀਬ ਲਗਭਗ ਨਜ਼ਰ ਆ ਰਹੀ ਹੈ। ਅਤੇ ਅੱਜ ਤਰੀਕ ਹੈਗੀ ਹੈ 3 ਤਰੀਕ 12ਵਾਂ ਮਹੀਨਾ 2022। ਅਤੇ ਸਮਾਂ ਇਸ ਵੇਲੇ ਹੈਗਾ ਕਿੰਨੇ ਵਜ ਗਈ ਸਮਾਂ ਦੱਸ ਦਿੰਦੇ ਹਾਂ, ਅਤੇ 30 ਤਰੀਕ ਨੂੰ 30:11 2 ਵਜੇ। ਆਹ 30 ਤਰੀਕ ਨੂੰ ਰਾਤ ਨੂੰ ਲੇਟ ਨਾਈਟ 22 ਤੋਂ 24 ਨੰਬਰ ਫਾਟਕ ਦੇ ਵਿਚਾਲੇ ਰੇਲਵੇ ਲਾਈਨ 'ਤੇ ਪਈ ਸਾਨੂੰ ਮਿਲੀ ਹੈ। ਅਤੇ ਡਾਕਟਰਾਂ ਦੀ ਸਾਡੇ ਕੋਲ ਕਾਲ ਆਈ ਹੈ ਕਿਉਂਕਿ ਇਸ ਭੈਣ ਦੀ ਜਿਹੜੀ ਹੈਡ ਇੰਜਰੀ ਹੋਈ ਹੈ, ਅਤੇ ਇਹਨੂੰ ਕਿਉਂਕਿ ਰਜਿੰਦਰਾ ਹੋਸਪਿਟਲ ਦੇ ਵਿੱਚ ਨਿਊਰੋਸਰਜਨ ਨਾ ਹੋਣ ਕਾਰਨ ਇਹਨੂੰ ਰੈਫਰ ਕੀਤਾ ਜਾ ਰਿਹਾ PGI, ਕਿਉਂਕਿ ਇਹ ਅਨਨੋਨ ਹੈ, ਇਹਦਾ ਘਰ ਪਰਿਵਾਰ ਕੁਛ ਵੀ ਅਜੇ ਪਤਾ ਨਹੀਂ ਚੱਲਿਆ, ਇਹਦੇ ਕੋਲ ਕੋਈ ਪ੍ਰੂਫ ਨਹੀਂ ਮਿਲਿਆ ਹੈਗਾ। ਤਾਂ ਸੋਸ਼ਲ ਵਰਕ ਫੋਰ ਹੈਲਪਲੈਸ ਪੀਪਲ ਗਰੁੱਪ ਦੇ ਹੈਲਪਲਾਈਨ ਨੰਬਰ 'ਤੇ ਕਾਲ ਆਈ ਹੈ, ਅਤੇ ਸਾਡੇ ਵਾਲੰਟੀਅਰ ਸਾਥੀ ਜਿਹੜੇ ਆ ਸੋਹਨ ਜੀ ਅਤੇ ਵਿਕਰਮ ਜੀ ਸਾਡੇ ਨਾਲ ਨੇ ਮਦਦ ਕਰ ਰਹੇ, ਅਤੇ ਨੌਜਵਾਨ ਸਾਥੀ ਜਿਹੜੇ ਇੱਥੇ ਰਜਿੰਦਰਾ ਦੇ ਵਿੱਚ ਹੋਰ ਸਾਡੇ ਨਾਲ ਮਿਲੇ ਨੇ ਇਹਨਾਂ ਦੀ ਮਦਦ ਕਰ ਰਹੇ। ਅਤੇ ਇਸ ਵੀਡੀਓ ਨੂੰ ਜਰਾ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰਿਓ। ਸ਼ੇਅਰ ਇਸ ਲਈ ਨਹੀਂ ਕਰਨਾ ਵੀ ਅਸੀਂ ਕੋਈ ਲਾਈਕ ਜਾਂ ਕੋਈ ਕਮੈਂਟ ਜਾਂ ਅਸੀਂ ਕੋਈ ਵਾਹ ਵਾਹੀ ਲੁੱਟਣੀ ਹੈ, ਤੁਹਾਡੇ ਇੱਕ ਛੋਟੇ ਜਿਹੇ ਸ਼ੇਅਰ ਨਾਲ ਇੱਕ ਬਟਨ ਦੱਬਣ ਦੇ ਨਾਲ ਦੇਖੋ ਇਨਸਾਨੀਅਤ ਦੇ ਨਾਤੇ ਜਿਹੜਾ ਅਸੀਂ ਆਪਣਾ ਫਰਜ਼ ਨਿਭਾ ਲਿਆ। ਆ ਭੈਣ ਦੀ ਸ਼ਕਲ ਇੱਕ ਵਾਰੀ ਫਿਰ ਦੇਖ ਲਓ, 22 ਤੋਂ 24 ਸਾਲ ਦੇ ਕਰੀਬ ਇਹਦੀ ਉਮਰ ਹੈ। ਅਤੇ ਇਹਦੇ ਜਿਹੜੇ ਕੱਪੜੇ ਸੀਗੇ, ਇਹਨੇ ਜੀਨਸ ਪਾਈ ਹੋਈ ਸੀਗੀ, ਲਾਲ ਰੰਗ ਦੀ ਇਹਨੇ ਜੈਕਟ ਪਾਈ ਹੋਈ ਸੀ, ਨੀਲੇ ਰੰਗ ਦੀ ਟੀ ਸ਼ਰਟ ਅਤੇ ਉੱਪਰ ਯੈਲੋ ਕਲਰ ਦੀ ਜਿਹੜੀ ਟੋਪੀ ਪਾਈ ਹੋਈ ਸੀ। ਅਤੇ ਇਹ ਬਿਲਕੁਲ ਅਚਨਚੇਤ ਹਾਲਾਤਾਂ ਦੇ ਵਿੱਚ ਹੈ, ਅਤੇ ਤੁਹਾਡਾ ਇੱਕ ਸ਼ੇਅਰ ਜਿਹੜਾ ਹੈ ਇਸ ਭੈਣ ਨੂੰ, ਇਸ ਬੱਚੀ ਨੂੰ ਜਿਹੜਾ ਇਹਦੇ ਪਰਿਵਾਰ ਤੱਕ ਪਹੁੰਚਾ ਸਕਦਾ। ਅਤੇ ਅਸੀਂ ਆਪਣਾ ਇਨਸਾਨੀਅਤ ਦੇ ਨਾਤੇ ਜੋ ਸਾਡਾ ਫਰਜ਼ ਬਣਦਾ ਸੀਗਾ ਵੀ ਇਹਨੂੰ ਬੈਟਰ ਟ੍ਰੀਟਮੈਂਟ ਵਾਸਤੇ ਜਿਹੜਾ PGI ਲੈ ਕੇ ਜਾ ਰਹੇ ਹਾਂ, ਅਤੇ ਹੁਣ ਤੁਹਾਡਾ ਫਰਜ਼ ਆ ਵੀ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਤੁਸੀਂ ਇਹਦੇ ਪਰਿਵਾਰ ਨੂੰ ਕਿੰਨੀ ਛੇਤੀ ਲੱਭਦੇ ਹੋ। ਅਤੇ 108 ਐਂਬੂਲੈਂਸ ਅਸੀਂ ਮੰਗਵਾ ਲਈ ਹੈ, ਅਤੇ ਹੁਣ ਅਸੀਂ ਇਹਨੂੰ ਮੈਂ ਅਤੇ ਮੇਰੇ ਸਾਥੀ ਸੋਹਨ ਜੀ ਨੇ ਅਸੀਂ ਇਹਨਾਂ ਨੂੰ ਲੈ ਕੇ ਹੁਣ PGI ਟਰੋਮਾ ਸੈਂਟਰ 'ਚ ਲੈ ਕੇ ਜਾ ਰਿਹਾ। ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ, ਤਾਂ ਕਿ ਬੱਚੀ ਦਾ ਪਰਿਵਾਰ ਮਿਲੇ। ਬਹੁਤ ਬਹੁਤ ਧੰਨਵਾਦ।